ਸਰਕਾਰ ਦਾਅਵੇ ਤਾਂ ਕਰ ਰਹੀ ਹੈ ਲੇਕਿਨ ਹਲੇ ਤੱਕ 9ਵੇਂ ਦਿਨ ਤੱਕ ਪਿੰਡਾਂ ਦੇ ਵਿੱਚ ਨਹੀਂ ਰਾਸ਼ਨ ਪਹੁੰਚ ਸਕਿਆ। ਅਮਰਿੰਦਰ ਸਿੰਘ ਜੀ ਨੂੰ ਵੀ ਮੇਰੀ ਅਪੀਲ ਆ ਕਿ ਤੁਸੀਂ 10 ਲੱਖ ਰਾਸ਼ਨ ਦਾ ਪੈਕੇਟ ਤਿਆਰ ਕਰ ਰਹੇ ਹੋ, 50 ਲੱਖ ਪਰਿਵਾਰ ਆ, ਸਾਡਾ ਮੰਨਣਾ ਕਿ ਚੌਥਾ ਹਿੱਸਾ ਪਰਿਵਾਰ ਬਹੁਤ ਗਰੀਬ ਨੇ ਪੰਜਾਬ ਦੇ ਵਿੱਚ, ਸ਼ਹਿਰਾਂ ਅਤੇ ਪਿੰਡਾਂ ਵਿੱਚ, ਇਸ ਨੂੰ 12.5 ਲੱਖ ਪੈਕੇਟ ਕਰ ਦਿਓ ਅਤੇ ਘੱਟੋ ਘੱਟ 2000 ਰੁਪਏ ਦਾ ਰਾਸ਼ਨ ਦਿਓ ਤਾਂ ਕਿ ਇਹਨਾਂ ਦੇ 10-15-20 ਦਿਨ ਨਿਕਲ ਜਾਣ ਇੱਕ ਪਰਿਵਾਰ ਦੇ। ਅਤੇ ਜੇ 12.5 ਲੱਖ ਤੁਸੀਂ ਪੈਕੇਟ ਦਿੰਦੇ ਹੋ ਅਤੇ 2000 ਰੁਪਏ ਦਾ ਰਾਸ਼ਨ ਆ ਤਾਂ ਸਮਝ ਲਓ 250 ਕਰੋੜ ਰੁਪਇਆ ਸਰਕਾਰ ਦਾ ਲੱਗ ਰਿਹਾ ਵਾ, ਕੁਛ ਜ਼ਿਆਦਾ ਨਹੀਂ ਸਰਕਾਰ ਵਾਸਤੇ। ਔਰ ਜੇ ਦੁਬਾਰਾ ਲੋੜ ਪਈ 250 ਹੋਰ ਖਰਚ ਦੋਗੇ, 500 ਕਰੋੜ ਰੁਪਇਆ ਜਿਹੜਾ ਮੇਰਾ ਖਿਆਲ ਸਮਾਰਟਫੋਨਸ ਲਈ ਰੱਖਿਆ ਤੁਸੀਂ ਬਜਟ ਦੀ, ਉਹਨਾਂ ਨੂੰ ਇੱਧਰ ਭੇਜ ਦਿਓ। ਨੌਜਵਾਨ ਸਮਝ ਜਾਣਗੇ ਕਿ ਅੱਜ ਪਹਿਲਾਂ ਮਹਾਂਮਾਰੀ ਲਈ ਲੜਨ ਲਈ, ਭੁੱਖਮਰੀ ਲਈ ਲੜਨ ਲਈ ਜ਼ਿਆਦਾ ਲੋੜ ਸੀਗੀ। ਅਸੀਂ ਦਬੂਲੀਆਂ ਪਿੰਡ ਦੀ ਬਾਜੀਗਰ ਬਸਤੀ ਜਿਹੜੀ ਕਿ ਲਹਿਦਾ ਪੰਚਾਇਤ ਆ ਉਹਦੀ ਧਰਮਸ਼ਾਲਾ ਵਿੱਚ ਇੱਥੇ ਖੜ੍ਹੇ ਹਾਂ। ਔਰ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਇੱਕ ਆਵਾਜ਼ ਉੱਠੀ ਆ ਕਿ ਪਿੰਡਾਂ 'ਚ ਆਮ ਗਰੀਬ ਜਨਤਾ ਦੇ ਕੋਲ ਰਾਸ਼ਨ ਦੀ ਘਾਟ ਹੋ ਰਹੀ ਹੈ। ਇਸ ਪਿੰਡ ਮੈਂ ਦਬੂਲੀਆਂ ਬਾਜੀਗਰ ਬਸਤੀ ਇਸ ਲਈ ਆਇਆ ਕਿਉਂਕਿ ਇੱਥੋਂ ਮੈਨੂੰ ਸਭ ਤੋਂ ਪਹਿਲਾਂ ਕਾਲਜ਼ ਆਈਆਂ ਸੀ। ਜਗੀਰ ਸਿੰਘ ਜੀ ਖੜ੍ਹੇ ਨੇ ਮੇਰੇ ਕੋਲ, ਪਿੰਡ ਦੇ ਪਤਵੰਤੇ ਸੱਜਣ ਤੇਜਾ ਸਿੰਘ ਜੀ ਨੇ, ਸਾਡੇ ਇਸ ਇਲਾਕੇ ਦੇ ਲੀਡਰ ਨੇ, ਇਹਨਾਂ ਵੱਲੋਂ ਮੈਨੂੰ ਜਦੋਂ ਕਾਲਜ਼ ਆਈਆਂ ਕਿ ਸਾਡੇ ਪਿੰਡ ਵਿੱਚ ਮੁਸ਼ਕਲ ਆ ਰਹੀ ਆ, ਰਾਸ਼ਨ ਨਹੀਂ ਹੈ ਲੋਕਾਂ ਕੋਲ, ਪਹਿਲਾਂ ਤਾਂ ਮੈਂ ਕੁਛ ਸਮਾਂ ਸਰਕਾਰ ਨੂੰ ਇਹਨਾਂ ਦੇ ਕਾਲਜ਼ ਫੋਰਵਰਡ ਕੀਤੀਆਂ। ਜਿਹੜਾ ਇੱਕ ਅਸੀਂ ਗਰੁੱਪ ਬਣਾਇਆ ਸੀ ਵਟਸਐਪ ਦਾ, ਜਿਹਦੇ 'ਚ SDM ਭੁਲੱਥ, BDO ਨਡਾਲਾ ਅਤੇ ਜਿਹੜਾ ਫੂਡ ਸਿਵਲ ਸਪਲਾਈਜ਼ ਦਾ ਮੁਲਾਜ਼ਮ ਆ ਉਹਨਾਂ ਦੇ ਨੰਬਰਸ ਐਡ ਕੀਤੇ ਸੀਗੇ, ਬਟ ਅਨਫੋਰਚੁਨੇਟਲੀ ਇਹਨਾਂ ਤੱਕ ਕੋਈ ਰਾਹਤ ਪਹੁੰਚ ਨਾ ਸਕੀ। ਕਾਲ ਜ਼ਰੂਰ ਆਈ ਇਹਨਾਂ ਨੂੰ ਫੂਡ ਸਿਵਲ ਸਪਲਾਈਜ਼ ਦੇ ਇੱਕ ਅਫਸਰ ਦੀ, ਲੇਕਿਨ ਸਮਾਨ ਨਹੀਂ ਪਹੁੰਚ ਸਕਿਆ। ਤਾਂ ਮੈਂ ਨੈਤਿਕ ਜ਼ਿੰਮੇਵਾਰੀ ਸਮਝਦੇ ਅੱਜ ਜਿੱਥੇ ਮੈਂ ਹੋਰ ਪਿੰਡਾਂ 'ਚ ਜਾ ਰਿਹਾ ਉੱਥੇ ਇਹ ਸਭ ਤੋਂ ਗਰੀਬ ਬਸਤੀ ਵਿੱਚ ਆਣ ਕੇ ਕੋਈ ਲਗਭਗ 20 ਦੇ ਕਰੀਬ ਜਿਹੜੇ ਗਰੀਬ ਪਰਿਵਾਰ ਆ ਉਹਨਾਂ ਨੂੰ ਅਸੀਂ ਆਪਣੇ ਵੱਲੋਂ ਜਿੰਨੀ ਸਮਰੱਥਾ ਵਾ ਰਾਸ਼ਨ, ਜਿਹੜਾ ਜਿਹਦੇ 'ਚ ਬਹੁਤ ਸਾਰੇ NRIs ਯੋਗਦਾਨ ਪਾ ਰਹੇ ਨੇ, ਵਿਸ਼ੇਸ਼ ਤੌਰ 'ਤੇ ਬਾਬਾ ਕਰਨੈਲ ਸਿੰਘ ਜੀ UK ਵਾਲੇ, ਨੁਗੱਜੇ ਵਾਲੇ, ਅਤੇ ਹੋਰ ਸਾਰੇ ਮੇਰੇ ਆਪਣੇ ਕੁਛ ਰਿਸ਼ਤੇਦਾਰ, ਮੇਰੇ ਆਪਣੇ ਪਰਿਵਾਰ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਅਸੀਂ ਇਹਦੇ 'ਚ ਮੁਹਿੰਮ 'ਚ ਪਾਉਣਾ ਚਾਹੁੰਦੇ ਹਾਂ। ਇਹ ਕੋਈ ਅਹਿਸਾਨ ਨੀਗਾ, ਨਾ ਇਹਦੇ 'ਚ ਕੋਈ ਅਸੀਂ ਕੋਈ ਪੱਖਪਾਤ ਕਰ ਰਹੇ ਹਾਂ। ਇਹਦੇ 'ਚ ਜਿਹੜਾ ਪਿੰਡ ਦੇ ਪਤਵੰਤਿਆਂ ਨੇ ਸਾਨੂੰ ਕਿਹਾ ਕਿ ਇਹ ਲੋੜਵੰਦ ਬੰਦੇ ਨੇ ਉਹਨਾਂ ਦਾ ਰਾਸ਼ਨ ਜਿਹੜੇ ਕੋਲ ਰਹਿ ਜਾਣਗੇ ਮੁੜ ਕੇ ਫਿਰ ਦੇ ਦਿਆਂਗੇ। ਦੂਜਾ ਮੈਂ ਕਹਿਣਾ ਚਾਹੁੰਦਾ ਕਿ ਅਗਰ ਅਸੀਂ ਇਸ ਮੁਹਿੰਮ ਨੂੰ ਪਿੰਡ ਤੋਂ ਸ਼ੁਰੂ ਕਰ ਸਕਦੇ ਹਾਂ ਤਾਂ ਮੈਂ ਸਾਰੇ ਪੰਜਾਬ ਦੇ ਪਿੰਡਾਂ 'ਚ ਅਤੇ ਵਾਰਡ ਵਾਈਜ਼ ਸ਼ਹਿਰਾਂ 'ਚ ਆਪਣੀ ਲੀਡਰਸ਼ਿਪ ਜਿੰਨੀ ਵੀ ਬੈਠੀ ਆ ਸਾਰੀਆਂ ਪੋਲੀਟੀਕਲ ਪਾਰਟੀਜ਼ ਦੀ, ਤੁਸੀਂ ਆਪਣਾ ਆਪਣਾ ਪਿੰਡ ਅਤੇ ਵਾਰਡ ਸਾਂਭ ਲਓ। ਹਰ ਪਿੰਡ ਵਿੱਚ ਸਭ ਨੂੰ ਪਤਾ ਹੁੰਦਾ ਕਿ ਆਹ ਜਿਹੜੇ 15-20 ਜਾਂ 25 ਜਾਂ 50 150 ਪਰਿਵਾਰ ਗਰੀਬ ਆ ਅਤੇ ਬਾਕੀ 3 ਹਿੱਸੇ ਪਿੰਡ ਜਿਹੜਾ ਕਾਫੀ ਵਾਹਿਗੁਰੂ ਦੀ ਕਿਰਪਾ ਨਾਲ ਠੀਕ ਹੈ, ਉਹ ਆਪਣੇ ਚੌਥੇ ਹਿੱਸੇ ਨੂੰ ਸਾਂਭ ਸਕਦਾ। ਕਿਉਂਕਿ ਸਰਕਾਰ ਦਾਅਵੇ ਤਾਂ ਕਰ ਰਹੀ ਹੈ ਲੇਕਿਨ ਹਲੇ ਤੱਕ 9ਵੇਂ ਦਿਨ ਤੱਕ ਪਿੰਡਾਂ ਦੇ ਵਿੱਚ ਨਹੀਂ ਰਾਸ਼ਨ ਪਹੁੰਚ ਸਕਿਆ। ਮੈਂ ਅਮਰਿੰਦਰ ਸਿੰਘ ਜੀ ਨੂੰ ਵੀ ਮੇਰੀ ਅਪੀਲ ਆ ਕਿ ਤੁਸੀਂ 10 ਲੱਖ ਰਾਸ਼ਨ ਦਾ ਪੈਕੇਟ ਤਿਆਰ ਕਰ ਰਹੇ ਹੋ, 50 ਲੱਖ ਪਰਿਵਾਰ ਆ, ਸਾਡਾ ਮੰਨਣਾ ਕਿ ਚੌਥਾ ਹਿੱਸਾ ਪਰਿਵਾਰ ਬਹੁਤ ਗਰੀਬ ਨੇ ਪੰਜਾਬ ਦੇ ਵਿੱਚ, ਸ਼ਹਿਰਾਂ ਅਤੇ ਪਿੰਡਾਂ ਵਿੱਚ, ਇਸ ਨੂੰ 12.5 ਲੱਖ ਪੈਕੇਟ ਕਰ ਦਿਓ ਅਤੇ ਘੱਟੋ ਘੱਟ 2000 ਰੁਪਏ ਦਾ ਰਾਸ਼ਨ ਦਿਓ ਤਾਂ ਕਿ ਇਹਨਾਂ ਦੇ 10-15-20 ਦਿਨ ਨਿਕਲ ਜਾਣ ਇੱਕ ਪਰਿਵਾਰ ਦੇ। ਅਤੇ ਜੇ 12.5 ਲੱਖ ਤੁਸੀਂ ਪੈਕੇਟ ਦਿੰਦੇ ਹੋ ਅਤੇ 2000 ਰੁਪਏ ਦਾ ਰਾਸ਼ਨ ਆ ਤਾਂ ਸਮਝ ਲਓ 250 ਕਰੋੜ ਰੁਪਇਆ ਸਰਕਾਰ ਦਾ ਲੱਗ ਰਿਹਾ ਵਾ, ਕੁਛ ਜ਼ਿਆਦਾ ਨਹੀਂ ਸਰਕਾਰ ਵਾਸਤੇ। 2 ਲੱਖ ਕਰੋੜ ਰੁਪਏ ਦੇ ਬਜਟ ਵਾਲੀ ਸਰਕਾਰ ਲਈ 250 ਕਰੋੜ ਰੁਪਇਆ ਖਰਚਣਾ ਇੱਕ ਵਕਤ 'ਤੇ ਕੋਈ ਮੁਸ਼ਕਿਲ ਗੱਲ ਨਹੀਂ ਗੀ। ਔਰ ਜੇ ਦੁਬਾਰਾ ਲੋੜ ਪਈ 250 ਹੋਰ ਖਰਚ ਦੋਗੇ, 500 ਕਰੋੜ ਰੁਪਇਆ ਜਿਹੜਾ ਮੇਰਾ ਖਿਆਲ ਸਮਾਰਟਫੋਨਸ ਲਈ ਰੱਖਿਆ ਤੁਸੀਂ ਬਜਟ ਦੀ, ਉਹਨਾਂ ਨੂੰ ਇੱਧਰ ਭੇਜ ਦਿਓ। ਨੌਜਵਾਨ ਸਮਝ ਜਾਣਗੇ ਕਿ ਅੱਜ ਪਹਿਲਾਂ ਮਹਾਂਮਾਰੀ ਲਈ ਲੜਨ ਲਈ, ਭੁੱਖਮਰੀ ਲਈ ਲੜਨ ਲਈ ਜ਼ਿਆਦਾ ਲੋੜ ਸੀਗੀ। ਸੋ ਮੇਰੀ ਅਪੀਲ ਹੈ ਅਮਰਿੰਦਰ ਸਿੰਘ ਜੀ ਨੂੰ ਕਿ ਛੇਤੀ ਤੋਂ ਛੇਤੀ ਇਹ ਰਿਲੀਫ ਪਹੁੰਚਾਓ, ਜਿੰਨੀ ਦੇਰ ਨਹੀਂ ਪਹੁੰਚਦੀ ਸਾਰੇ ਪੰਜਾਬ ਦੀਆਂ ਸੋਸ਼ਲ ਆਰਗਨਾਈਜੇਸ਼ਨ, NGOs, ਸਾਧੂ ਸੰਤ, ਧਾਰਮਿਕ ਜਥੇਬੰਦੀਆਂ, ਉਹਨਾਂ ਨੂੰ ਅਪੀਲ ਹੈ ਕਿ ਇੱਕ ਇੱਕ ਪਿੰਡ ਸਾਂਭ ਲਓ। ਔਰ ਪਿੰਡ ਵਾਲੇ ਆਪ ਹੀ ਆਪਣਾ ਪਿੰਡ ਸਾਂਭ ਸਕਦੇ ਨੇ, ਉਹ ਸਾਂਭ ਕੇ ਅਤੇ ਗਰੀਬਾਂ ਤੱਕ ਰਾਸ਼ਨ ਪਹੁੰਚਾ ਦਿਓ। ਕਿਉਂਕਿ ਮਹਾਂਮਾਰੀ ਨਾਲ ਕਿਸੇ ਦਾ ਨੁਕਸਾਨ ਹੋ ਜਾਵੇ ਉਹ ਤਾਂ ਚਲੋ ਸਮਝ ਆਉਂਦਾ ਵਾ, ਪਰ ਭੁੱਖ ਦੇ ਨਾਲ ਕਿਸੇ ਗਰੀਬ ਦਾ ਨੁਕਸਾਨ ਹੋਵੇ, ਭੁੱਖੇ ਢਿੱਡ ਸੌਣਾ ਪਵੇ, ਇਹ ਮੈਂ ਸਮਝਦਾ ਕਿ ਸਰਕਾਰ ਨੂੰ ਹਰਗਿਜ਼ ਨਹੀਂ ਹੋਣ ਦੇਣਾ ਚਾਹੀਦਾ। ਬਸ ਇੰਨੇ ਮੈਂ ਵਿਚਾਰ ਰੱਖਣੇ ਸੀਗੇ। ਇੱਕ ਵਾਰ ਫਿਰ ਮੈਂ ਇਸ ਬਸਤੀ ਦਾ ਦ੍ਰਿਸ਼ ਦਿਖਾ ਦੇਣਾ ਚਾਹੁੰਦਾ ਵਾਂ ਕਿ ਸਾਰਿਆਂ ਨੂੰ ਬੇਨਤੀ ਕਿ ਤੁਸੀਂ ਆਹ ਪੈਕੇਟਸ ਵੰਡ ਦਿਓ ਛੇਤੀ ਨਾਲ, ਅਤੇ ਤੁਸੀਂ ਆਪਣੇ ਆਪਣੀ ਜਗ੍ਹਾ 'ਤੇ ਖੜ੍ਹੇ ਰਹਿਣਾ, ਜਦੋਂ ਵੰਡੇ ਜਾਣਗੇ ਉਸ ਤੋਂ ਬਾਅਦ ਤੁਸੀਂ ਸਾਰੇ ਜਿਹੜੇ ਇਸ ਧਰਮਸ਼ਾਲਾ ਤੋਂ ਜਾਣਾ। ਤਾਂ ਇੱਕ ਵਾਰ ਸਮੂਹ ਪਿੰਡ ਦੀ ਲੀਡਰਸ਼ਿਪ ਦਾ ਵੀ ਮੈਂ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਮੇਰੇ ਧਿਆਨ ਵਿੱਚ ਲਿਆਂਦਾ, ਔਰ ਮੈਂ ਯਤਨ ਕਰੂੰਗਾ ਕਿ ਆਉਣ ਵਾਲੇ ਦਿਨਾਂ 'ਚ ਹੋਰਨਾਂ ਪਿੰਡਾਂ 'ਚ ਵੀ ਅਸੀਂ ਪਹੁੰਚ ਸਕੀਏ। ਫਿਰ ਮੇਰੀ ਬੇਨਤੀ ਆ ਆਪਣਾ ਆਪਣਾ ਪਿੰਡ ਸਾਂਭ ਲਓ, ਅਤੇ ਜਿਹੜੇ ਲੋਕ ਸਾਡੇ ਨਾਲ ਸੰਪਰਕ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਬੇਨਤੀ ਕਿ ਅਸੀਂ ਤੁਹਾਡੇ ਤੱਕ ਜੇ ਤੁਸੀਂ ਸਾਡੀ ਮਦਦ ਕਰੋਗੇ ਅਸੀਂ ਤੁਹਾਡੀ ਦਿੱਤੀ ਹੋਈ ਇਮਦਾਦ ਰਾਹੀਂ ਪਿੰਡਾਂ ਤੱਕ ਪਹੁੰਚਾ ਦਿਆਂਗੇ।
ਪਿੰਡਾਂ 'ਚ ਅਪੀਲ ਆ ਕਿ ਮੈਂ ਕੱਲ੍ਹ ਨੂੰ ਆਪਣੇ 4-5 ਹੈਲਪਲਾਈਨ ਨੰਬਰ ਐਲਾਨਣੇ ਨੇ, ਉਹਨਾਂ ਨੰਬਰ 'ਤੇ ਬੋਗਸ ਕਾਲਸ ਨਾ ਕਰਿਓ, ਜਿਹਨਾਂ ਲੋਕਾਂ ਦਾ ਸਰਦਾ ਦੂਜਿਆਂ ਦਾ ਹੱਕ ਨਾ ਮਾਰਿਓ, ਜੈਨੂਅਨ ਕਾਲਸ ਕਰਿਓ, ਕਿਉਂਕਿ ਅਸੀਂ ਪਿੰਡ 'ਚੋਂ ਤਸਦੀਕ ਕਰਾਂਗੇ ਕਿ ਫਲਾਨੇ ਆਦਮੀ ਦੀ ਕਾਲ ਆਈ ਸੀ ਕਿ ਇਹਨੂੰ ਵਾਕਈ ਲੋੜ ਹੈ, ਅਤੇ ਫਿਰ ਤੁਹਾਡੀ ਉਹ ਕਾਲ ਕੀਤੀ ਬੇਕਾਰ ਜਾਵੇਗੀ। ਇੱਕ ਹਦਾਇਤ, ਇੱਕ ਮੇਰੀ ਬੇਨਤੀ ਦੁਕਾਨਦਾਰਾਂ ਨੂੰ, ਰਿਟੇਲਰਸ ਨੂੰ, ਹੋਲਸੇਲਰਸ ਨੂੰ ਕਿ ਗਰੀਬ ਜਨਤਾ ਦਾ ਇਸ ਵਕਤ ਨਾ ਉਹਨਾਂ ਦਾ ਸ਼ੋਸ਼ਣ ਨਾ ਕਰੋ, ਮਹਿੰਗੀਆਂ ਚੀਜ਼ਾਂ ਨਾ ਵੇਚੋ, ਤੁਹਾਨੂੰ ਬਿਜ਼ਨਸ 'ਚ ਉੱਦਾਂ ਹੀ 4 ਪੈਸੇ ਬਾਅਦ 'ਚ ਬਣ ਜਾਣਗੇ। ਇਹਨਾਂ ਦਿਨਾਂ 'ਚ ਗਰੀਬਾਂ ਦੇ ਦਾ ਸ਼ੋਸ਼ਣ ਕਰਕੇ ਉਹਨਾਂ ਨੂੰ ਮਹਿੰਗਾ ਸਮਾਨ ਦੇਣਾ, ਇਹਦੇ ਨਾਲ ਵੱਡਾ ਜਿਹੜਾ ਕਹਿਰ ਅਤੇ ਜ਼ੁਲਮ ਨਹੀਂ ਹੋ ਸਕਦਾ। ਪੁਲਿਸ ਨੂੰ ਬੇਨਤੀ ਹੈ ਕਿ ਲਾਠੀ ਚਾਰਜ ਅਤੇ ਕੁੱਟਮਾਰ ਨਾ ਕਰੋ, ਇਹ ਤਾਂ ਪਹਿਲਾਂ ਹੀ ਸਤਾਏ ਹੋਏ ਵਕਤ ਦੇ ਨੇ ਇਹਨਾਂ ਨਾਲ। ਇਹਨਾਂ ਨੂੰ ਇਹਨਾਂ ਜੇ ਤੁਹਾਨੂੰ ਲੱਗਦਾ ਇਹਨਾਂ ਨੇ ਵਾਰਨਿੰਗ ਤੋਂ ਬਾਅਦ ਵੀ ਕੋਈ ਬਾਹਰ ਨਿਕਲਦਾ ਉਹਦਾ ਚਲਾਨ ਕਰ ਸਕਦੇ, ਤੁਹਾਨੂੰ ਲੀਗਲੀ ਤੁਹਾਨੂੰ ਇਨਪਾਵਰ ਕੀਤਾ ਹੋਇਆ ਗਵਰਨਮੈਂਟ ਨੇ, ਜੋ ਤੁਸੀਂ ਆਪਸ਼ਨ ਕਰ ਸਕਦੇ। ਸੋ ਇਹ ਮੇਰੀਆਂ ਬੇਨਤੀਆਂ ਸੀ, ਤਾਂ ਮੈਂ ਅਰਦਾਸ ਕਰਦਾ ਕਿ ਇਹ ਵਾਇਰਸ ਜਲਦੀ ਖਤਮ ਹੋਵੇ ਔਰ ਲੋਕਾਂ ਤੱਕ ਵੱਧ ਤੋਂ ਵੱਧ ਛੇਤੀ ਸਰਕਾਰ ਆਪਣਾ ਰਾਸ਼ਨ ਪਹੁੰਚਦਾ ਕਰੇ। ਇੱਕ ਵਾਰ ਸਾਰਿਆਂ ਦਾ ਬਹੁਤ ਸ਼ੁਕਰੀਆ।